ਸਾਤਰੀਆ ਕਾਲ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟੀਵੀ ਤੇ ਮੈਂ ਜੱਜ ਸਿੰਘ ਚਾਹਲ ਅੱਜ ਦੇ ਪੰਜਾਬੀ ਪ੍ਰੈਮ ਟਾਈਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਪੰਜਾਬੀ ਪ੍ਰੈਮ ਟਾਈਮ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿਹੜੇ ਕਿ ਅਡਾਨੀ ਮੁੱਦੇ ਤੇ ਕਸੂਤੇ ਕਿਰਦੇ ਦਿਖਾਈ ਦਿੰਦੇ ਨੇ ਹਰ ਸਮਰਤਕੌਰ ਬਾਦਲ ਨੇ ਸੰਸਦ ਦੇ ਵਿੱਚ ਮੋਦੀ ਸਰਕਾਰ ਦੇ ਅੱਗੇ ਚਾਰ ਵੱਡੀਆਂ ਮੰਗਾਂ ਰੱਖ ਦਿੱਤੀਆਂ ਨੇ ਕੌਮੀ ਇਨਸਾਫ ਮੋਰਚੇ ਦੇ ਪ੍ਰਬੰਧਕਾਂ ਤੇ ਪਰਚੇ ਦਰਜ ਕਰ ਦਿੱਤੇ ਗਏ ਨੇ ਕਬੀਰ ਸਿੰਘ ਬਾਦਲ ਨੂੰ ਮੋੜਵਾਂ ਜਵਾਬ ਆਮ ਆਦਮੀ ਪਾਰਟੀ ਦੇ ਵੱਲੋਂ ਦੇ ਦਿੱਤਾ ਗਿਆ ਹੈ ਜ਼ੀਰੇ ਦੀ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦੀ ਪ੍ਰਕਿਰਿਆ ਮਾਨ ਸਰਕਾਰ ਨੇ ਸ਼ੁਰੂ ਕਰ ਦਿੱਤੀ ਹੈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਵੱਲੋਂ ਹੀ ਆਪਣੀ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾਣ ਲੱਗ ਪਈਆਂ ਨੇ ਉਹ ਕਿਵੇਂ ਤੁਹਾਨੂੰ ਸਾਰੀ ਜਾਣਕਾਰੀ ਦਿਆਂਗੇ ਪਰ ਸਭ ਤੋਂ ਪਹਿਲਾਂ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਕਰਦੇ ਹਾਂ ਜਿਉਂ ਹੀ ਹਿੰਡਨਬਰਗ ਦੀ ਰਿਪੋਰਟ ਸਾਹਮਣੇ ਆਈ ਗੌਤਮ ਅਡਾਨੀ ਤੇ ਵੱਡੇ ਇਲਜ਼ਾਮ ਲੱਗੇ ਉਸੇ ਵੇਲੇ ਹੀ ਭਾਰਤ ਦੀਆਂ ਵਿਰੋਧੀ ਪਾਰਟੀਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟੁੱਟ ਕੇ ਪੈ ਗਈਆਂ ਪਹਿਲੇ 2-3 ਦਿਨ ਤਾਂ ਸੰਸਦ ਵੀ ਵਿਰੋਧੀ ਪਾਰਟੀਆਂ ਦੇ ਵੱਲੋਂ ਨਹੀਂ ਚੱਲਣ ਦਿੱਤੀ ਗਈ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਅਡਾਨੀ ਕਾਂਡ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਜਾਂ ਤਾਂ ਜੀਪੀਸੀ ਬਣਾ ਕੇ ਜਾਂ ਫਿਰ ਸੁਪਰੀਮ ਕੋਰਟ ਦੇ ਜੱਜ ਦੀ ਨਿਗਰਾਨੀ ਦੇ ਵਿੱਚ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਉਸ ਤੋਂ ਬਾਅਦ ਰਾਹੁਲ ਗਾਂਧੀ ਨੇ ਵੱਡੇ ਇਲਜ਼ਾਮ ਨਰਿੰਦਰ ਮੋਦੀ ਤੇ ਲਾ ਦਿੱਤੇ ਕਿ ਉਹਨਾਂ ਦੇ ਵੱਲੋਂ ਹੀ ਅਡਾਨੀ ਨੂੰ ਇਸ ਲੈਵਲ ਤੱਕ ਇਸ ਪੱਧਰ ਤੱਕ ਅਮੀਰ ਬਣਾਇਆ ਗਿਆ ਹੈ ਜਿਸ ਤੋਂ ਬਾਅਦ ਲੋਕ ਸਭਾ ਦੇ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਦਾ ਜਵਾਬ ਨਰਿੰਦਰ ਮੋਦੀ ਦੇ ਵੱਲੋਂ ਦਿੱਤਾ ਗਿਆ 1 ਘੰਟਾ 26 ਮਿੰਟ ਤੱਕ ਉਹ ਬੋਲੇ ਸਨ ਪਰ ਅਡਾਨੀ ਦਾ ਨਾਮ ਤੱਕ ਨਰਿੰਦਰ ਮੋਦੀ ਦੇ ਵੱਲੋਂ ਨਹੀਂ ਲਿਆ ਗਿਆ ਉਸ ਤੋਂ ਬਾਅਦ ਹੁਣ 9 ਫਰਵਰੀ ਵਾਲੇ ਦਿਨ ਰਾਜ ਸਭਾ ਦੇ ਵਿੱਚ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਰਾਸ਼ਟਰਪਤੀ ਦੇ ਭਾਸ਼ਣ ਦਾ ਜਵਾਬ ਦਿੱਤਾ ਗਿਆ 1 ਘੰਟਾ 24 ਮਿੰਟ ਤੱਕ ਨਰਿੰਦਰ ਮੋਦੀ ਬੋਲੇ ਅਤੇ ਇਸ 1.5 ਘੰਟੇ ਦੇ ਕਰੀਬ ਦਿੱਤੇ ਗਏ ਭਾਸ਼ਣ ਦੇ ਵਿੱਚ ਇੱਕ ਵਾਰ ਫਿਰ ਤੋਂ ਇੱਕ ਵੀ ਜਵਾਬ ਨਰੇਂਦਰ ਮੋਦੀ ਦੇ ਵੱਲੋਂ ਨਹੀਂ ਦਿੱਤਾ ਗਿਆ ਜੋ ਵੀ ਸਵਾਲ ਵਿਰੋਧੀ ਪਾਰਟੀਆਂ ਦੇ ਵੱਲੋਂ ਖਾਸ ਤੌਰ ਤੇ ਰਾਹੁਲ ਗਾਂਧੀ ਦੇ ਵੱਲੋਂ ਪੁੱਛੇ ਗਏ ਸਨ ਉਹਨਾਂ ਦੇ ਵਿੱਚੋਂ ਇੱਕ ਵੀ ਸਵਾਲ ਦਾ ਜਵਾਬ ਨਰੇਂਦਰ ਮੋਦੀ ਨੇ ਨਹੀਂ ਦਿੱਤਾ ਉਹਨਾਂ ਨੇ ਸਭ ਤੋਂ ਜ਼ਿਆਦਾ ਜ਼ੋਰ ਇਸ ਗੱਲ ਤੇ ਇੱਕ ਵਾਰ ਫਿਰ ਧੁੰਦੇਤਾ ਕਿ ਜੋ ਕਾਂਗਰਸ ਪਾਰਟੀ ਦਾ ਰਾਜ ਸੀ ਭਾਰਤ ਦੇ ਵਿੱਚ ਉਹ ਚੰਗਾ ਨਹੀਂ ਸੀ ਜਦੋਂ ਤੋਂ ਸਾਡੀ ਸਰਕਾਰ ਬਣੀ ਹੈ ਉਦੋਂ ਤੋਂ ਬਹੁਤ ਵਧੀਆ ਭਾਰਤ ਤਰੱਕੀ ਕਰ ਰਿਹਾ ਹੈ ਅਤੇ ਇਹ ਜੜੀਆਂ ਵਿਰੋਧੀ ਪਾਰਟੀਆਂ ਨੇ ਇਹਨਾਂ ਨੂੰ ਤਰੱਕੀ ਹਜ਼ਮ ਨਹੀਂ ਹੋ ਰਹੀ ਆ ਇਸੇ ਕਰਕੇ ਇਹ ਮੇਰੇ ਤੇ ਚਿੱਕੜs ੁੱਟਦੀਆਂ ਨੇ ਨਰਿੰਦਰ ਮੋਦੀ ਨੇ ਕਿਹਾ ਕਿ ਜਿੰਨਾ ਤੁਸੀਂ ਮੇਰੇ ਤੇ ਚਿੱਕੜs ੁੱਟੋਗੇ ਉਨਾ ਹੀ ਚਿੱਕੜ ਦੇ ਵਿੱਚ ਕਮਲ ਖਿਲੇਗਾ ਉਹਨਾਂ ਨੇ ਆਪਣੀ ਪਾਰਟੀ ਦਾ ਜ਼ਿਕਰ ਕੀਤਾ ਛਾਤੀ ਠੋਕੇ ਨਰਿੰਦਰ ਮੋਦੀ ਸੰਸਦ ਦੇ ਵਿੱਚ ਕਹਿਣ ਲੱਗ ਪਏ ਕਿ ਮੈਂ ਇਕੱਲਾ ਹੀ ਇਨ੍ਹਾਂ ਸਾਰਿਆਂ ਤੇ ਭਾਰੀ ਪੈ ਰਿਆਂ ਹਾਂ ਇਨ੍ਹਾਂ ਤੋਂ ਮੈਂ ਸੰਭਾਲਿਆ ਨਹੀਂ ਜਾ ਰਿਹਾ ਇਸੇ ਕਰਕੇ ਹੀ ਇਹ ਵਾਰੀ-ਵਾਰੀ ਮੇਰੇ ਤੇ ਹਮਲੇ ਕਰਦੇ ਨੇ ਕਦੇ ਵਾਰੀ-ਵਾਰੀ ਕਰਦੇ ਨੇ ਅਤੇ ਕਦੇ ਇਕੱਠੇ ਹੋ ਕੇ ਮੇਰੇ ਤੇ ਹਮਲੇ ਕਰਦੇ ਨੇ ਪਰ ਮੈਂ ਇਕੱਲਾ ਹੀ ਇਨ੍ਹਾਂ ਸਾਰਿਆਂ ਤੇ ਭਾਰੀ ਪੈ ਰਿਆਂ ਹਾਂ ਕਿਉਂਕਿ ਮੈਂ ਸਿਰਫ ਤੇ ਸਿਰਫ ਭਾਰਤ ਲਈ ਹੀ ਜਿਉਂਦਾ ਅਤੇ ਮਰਦਾ ਹਾਂ ਨਰਿੰਦਰ ਮੋਦੀ ਦੇ ਵੱਲੋਂ ਅਜਿਹੀਆਂ ਗੱਲਾਂ ਇੱਕ ਵਾਰ ਫਿਰ ਤੋਂ ਸੰਸਦ ਦੇ ਵਿੱਚ ਕੀਤੀਆਂ ਗਈਆਂ ਪਰ ਇੱਕ ਵਾਰ ਫਿਰ ਤੋਂ ਉਹਨਾਂ ਨੇ ਕੋਈ ਵੀ ਜਵਾਬ ਅਡਾਨੀ ਦੇ ਮੁੱਦੇ ਤੇ ਨਹੀਂ ਦਿੱਤਾ ਇਥੋਂ ਤੱਕ ਵੀ ਉਹਨਾਂ ਨੇ ਨਹੀਂ ਕਿਹਾ ਕਿ ਹਾਂ ਅਡਾਨੀ ਮੇਰਾ ਦੋਸਤ ਹੈ ਜਾਂ ਫਿਰ ਨਹੀਂ ਉਸ ਨੂੰ ਅਮੀਰ ਬਣਾਉਣ ਦੇ ਵਿੱਚ ਮੈਂ ਕੋਈ ਸਹਾਇਤਾ ਕੀਤੀ ਹੈ ਜਾਂ ਫਿਰ ਨਹੀਂ ਮੈਂ ਕੋਈ ਅੰਤਰਰਾਸ਼ਟਰੀ ਪੱਧਰ ਤੇ ਅਡਾਨੀ ਨੂੰ ਪ੍ਰੋਜੈਕਟ ਦਿਵਾਇਆ ਹੈ ਕੋਈ ਟੈਂਡਰ ਦਿਵਾਇਆ ਹੈ ਜਾਂ ਫਿਰ ਨਹੀਂ ਹਾਂ ਜਾਨਾ ਕੋਈ ਵੀ ਜਵਾਬ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਨਹੀਂ ਦਿੱਤਾ ਗਿਆ ਉਸ ਤੋਂ ਉਬਾਦਾ ਕਬਰਾ ਸਾਹਮਣੇ ਆਈਆਂ ਕਿ ਜੋ ਇਲਜ਼ਾਮ ਰਾਹੁਲ ਗਾਂਧੀ ਨੇ ਪਾਰਲੀਮੈਂਟ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਤੇ ਲਾਏ ਸਨ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਸ਼ਬਦ ਲੋਕ ਸਭਾ ਦੀ ਕਾਰਵਾਈ ਦੇ ਵਿੱਚੋਂ ਹਟਵਾ ਦਿੱਤੇ ਗਏ ਕਿਉਂਕਿ ਲੋਕ ਸਭਾ ਦੀ ਕਾਰਵਾਈ ਦੇ ਵਿੱਚ ਇੱਕ ਇੱਕ ਸ਼ਬਦ ਦਰਜ ਕੀਤਾ ਜਾਂਦਾ ਹੈ ਜੋ ਵੀ ਕਿਸੇ ਨੇ ਬੋਲਿਆ ਹੁੰਦਾ ਹੈ ਪਰ ਜਿਹੜਾ ਸ਼ਬਦ ਮर्यादा ਦੇ ਉਲਟ ਹੁੰਦਾ ਹੈ ਉਸ ਨੂੰ ਹਟਾ ਦਿੱਤਾ ਜਾਂਦਾ ਹੈ ਉਸ ਨੂੰ ਰਿਕਾਰਡ ਦਰਜ ਨਹੀਂ ਕੀਤਾ ਜਾਂਦਾ ਹੈ ਅਤੇ ਲੋਕ ਸਭਾ ਦੀ ਕਾਰਵਾਈ ਦੇ ਵਿੱਚੋਂ ਰਾਹੁਲ ਗਾਂਧੀ ਦੇ ਉਹ ਬਹੁਤ ਸਾਰੇ ਸ਼ਬਦ ਹਟਵਾ ਦਿੱਤੇ ਗਏ ਸਪੀਕਰ ਦੇ ਵੱਲੋਂ ਹਟਾ ਦਿੱਤੇ ਗਏ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਅਡਾਨੀ ਅਤੇ ਮੋਦੀ ਦੇ ਰਿਸ਼ਤਿਆਂ ਦਾ ਜ਼ਿਕਰ ਕੀਤਾ ਸੀ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਵੱਲੋਂ ਹੁਣ ਸੋਸ਼ਲ ਮੀਡੀਆ ਤੇ ਵੀ ਭਾਰਤ ਸਰਕਾਰ ਦੇ ਖਿਲਾਫ ਮੋਰਚਾ ਖੋਲ ਦਿੱਤਾ ਗਿਆ ਹੈ ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਪਹਿਲਾਂ ਮੋਦੀ ਸਰਕਾਰ ਦੇ ਵੱਲੋਂ ਸੰਸਦ ਦੇ ਵਿੱਚ ਮਾਈਕ ਬੰਦ ਕੀਤੇ ਜਾਂਦੇ ਸਨ ਅਤੇ ਹੁਣ ਇਹਨਾਂ ਨੇ ਸ਼ਬਦ ਹੀ ਵਿੱਚੋਂ ਕਟਵਾਉਣੇ ਸ਼ੁਰੂ ਕਰ ਦਿੱਤੇ ਨੇ ਇਹਨਾਂ ਨੂੰ ਸਾਡੇ ਸਵਾਲਾਂ ਤੋਂ ਡਰ ਲੱਗਦਾ ਹੈ ਪਰ ਸੱਚ ਸਾਹਮਣੇ ਜ਼ਰੂਰ ਆਵੇਗਾ ਅਜਿਹੇ ਦਾਅਵੇ ਕਾਂਗਰਸ ਪਾਰਟੀ ਦੇ ਵੱਲੋਂ ਕੀਤੇ ਗਏ ਨੇ ਅਗਲੀ ਖਬਰ ਦੇ ਵੱਲ ਵਧਦੇ ਆ ਲੋਕ ਸਭਾ ਦੇ ਵਿੱਚ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਬੋਲੇ ਮੁੱਖ ਤੌਰ ਤੇ ਪੰਜਾਬ ਦੀਆਂ ਚਾਰ ਮੰਗਾਂ ਉਹਨਾਂ ਨੇ ਮੋਦੀ ਸਰਕਾਰ ਦੇ ਅੱਗੇ ਰੱਖੀਆਂ ਹਨ ਜਿਨ੍ਹਾਂ ਦਾ ਜ਼ਿਆਦਾਤਰ ਜਿਹੜਾ ਸਰੋਕਾਰ ਹੈ ਉਹ ਆਰਥਿਕਤਾ ਦੇ ਨਾਲ ਹੈ ਸਭ ਤੋਂ ਪਹਿਲੀ ਵੱਡੀ ਮੰਗ ਕਿਉਂਕਿ ਬਜਟ ਤੇ ਹੀ ਇਹ ਸਾਰੇ ਆਪਣੇ ਆਪਣੇ ਭਾਸ਼ਣ ਦੇ ਰਹੇ ਨੇ ਸਰਕਾਰ ਬਾਰੇ ਬੋਲ ਰਹੇ ਨੇ ਬਜਟ ਬਾਰੇ ਬੋਲ ਰਹੇ ਨੇ ਇਸ ਕਰਕੇ ਆਰਥਿਕਤਾ ਦੇ ਨਾਲ ਸੰਬੰਧਿਤ ਹੀ ਗੱਲਾਂ ਸਾਰੇ ਸੰਸਦ ਮੈਂਬਰਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਹਰਸ਼ਮਰਤ ਕੌਰ ਬਾਦਲ ਨੇ ਕੇਂਦਰ ਸਰਕਾਰ ਦੇ ਅੱਗੇ ਚਾਰ ਮੰਗਾਂ ਰੱਖੀਆਂ ਜਿਸ ਦੇ ਵਿੱਚ ਸਭ ਤੋਂ ਪਹਿਲੀ ਅਤੇ ਵੱਡੀ ਮੰਗ ਉਹਨਾਂ ਨੇ ਰੱਖੀ ਕਿ ਜਿਹੜਾ ਜੀਐਸਟੀ ਦਾ ਮੁਆਵਜ਼ਾ ਸੂਚਨਾ ਦਿੱਤਾ ਜਾਂਦਾ ਹੈ ਕੇਂਦਰ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਪੰਜਾਬ ਦਾ ਉਹ GST ਦਾ ਮੁਆਵਜ਼ਾ ਖਤਮ ਕਰਨ ਜਾ ਰਹੀ ਹੈ ਸਿਰਫ ਇਸ ਸਾਲ ਦਾ ਹੀ ਮਿਲਣਾ ਹੈ ਅਗਲੇ ਸਾਲ ਤੋਂ ਉਹ ਨਹੀਂ ਮਿਲੇਗਾ ਜਿਸ ਦੇ ਨਾਲ ਪੰਜਾਬ ਨੂੰ ਹਜ਼ਾਰਾਂ ਕਰੋੜਾਂ ਦਾ ਘਾਟਾ ਪੈ ਜਾਣਾ ਹੈ ਜੇਕਰ ਕੇਂਦਰ ਸਰਕਾਰ ਨੇ ਉਹ ਪੈਸੇ ਪੰਜਾਬ ਨੂੰ ਨਾ ਦਿੱਤੇ ਹਰ ਸਮਰੱਥਕੋਰ ਬਾਦਲ ਨੇ ਕੇਂਦਰ ਦੇ ਅੱਗੇ ਅਪੀਲ ਇਹ ਕੀਤੀ ਕਿ ਸਾਡਾ ਇਹ ਪੈਸਾ ਬੰਦ ਨਾ ਕਰੋ ਪੰਜਾਬ ਪਹਿਲਾਂ ਹੀ ਕਰਜ਼ੇ ਦੇ ਵਿੱਚ ਡੁੱਬਿਆ ਹੋਇਆ ਏ ਇਸ ਕਰਕੇ ਜੇਕਰ ਕੇਂਦਰ ਸਰਕਾਰ ਦੇ ਵੱਲੋਂ ਜੀਐਸਟੀ ਦਾ ਮੁਆਵਜ਼ਾ ਵੀ ਬੰਦ ਕਰ ਦਿੱਤਾ ਜਾਵੇਗਾ ਤਾਂ ਫਿਰ ਉਸ ਦੇ ਨਾਲ ਪੰਜਾਬ ਦਾ ਨੁਕਸਾਨ ਹੋਵੇਗਾ ਦੂਜੀ ਮੰਗ ਮੋਦੀ ਸਰਕਾਰ ਦੇ ਅੱਗੇ ਰੱਖੀ ਹਰਸਮਨਤ ਕੌਰ ਬਾਦਲ ਨੇ ਕਿ ਸਾਨੂੰ ਸਾਡੀ ਰਾਜਧਾਨੀ ਚੰਡੀਗੜ੍ਹ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਹਰ ਇੱਕ ਸੂਬੇ ਦੇ ਕੋਲ ਆਪੋ ਆਪਣੀ ਰਾਜਧਾਨੀ ਹੈ ਫਿਰ ਪੰਜਾਬ ਦਾ ਵੀ ਇੱਕ ਕਾਨੂੰਨੀ ਹੱਕ ਬਣਦਾ ਹੈ ਕਿ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਹੈ ਉਸ ਦੇ ਨਾਲ ਪੰਜਾਬ ਨੂੰ ਆਰਥਿਕ ਤੌਰ ਤੇ ਵੀ ਫਾਇਦਾ ਵੇਗਾ ਇਹ ਦਾਵਾ ਕੀਤਾ ਹਰਸਮਰਤ ਕੋਰ ਬਾਦਲ ਨੇ ਤੀਜੀ ਮੰਗ ਉਹਨਾਂ ਨੇ ਰੱਖੀ ਕਿ ਜਿਹੜੇ ਸਰਹੱਦੀ ਜ਼ਿਲ੍ਹੇ ਨੇ ਪੰਜਾਬ ਦੇ ਉਹਨਾਂ ਦੇ ਵਿੱਚ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈ ਇਸ ਕਰਕੇ ਉੱਥੇ ਲੋਕ ਉਦਯੋਗ ਵੀ ਨਹੀਂ ਲਾਉਂਦੇ ਕਿਉਂਕਿ ਸਰਹੱਦੀ ਜ਼ਿਲ੍ਹੇ ਇਸ ਕਰਕੇ ਸਰਹੱਦੀ ਜ਼ਿਲ੍ਹਿਆਂ ਨੂੰ ਟੈਕਸ ਫ੍ਰੀ ਕੀਤਾ ਜਾਣਾ ਚਾਹੀਦਾ ਹੈ ਜੋ ਉਦਯੋਗਾਂ ਤੇ ਟੈਕਸ ਸਰਕਾਰ ਦੇ ਵੱਲੋਂ ਲਾਇਆ ਜਾਂਦਾ ਇਹ ਉਹ ਟੈਕਸ ਮੁਆਫ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਉਦਯੋਗ ਲੱਗਣ ਫੈਕਟਰੀਆਂ ਲੱਗਣ ਅਤੇ ਉੱਥੋਂ ਦੇ ਬੱਚਿਆਂ ਨੂੰ ਰੋਜ਼ਗਾਰ ਮਿਲੇ ਤੀਜੀ ਵੱਡੀ ਮੰਗ ਇਹ ਹਰਸਮਰਤ ਕੋਰ ਬਾਦਲ ਦੇ ਵੱਲੋਂ ਰੱਖੀ ਗਈ ਹੈ ਚੌਥੀ ਮੰਗ ਐਮਐਸਪੀ ਦੀ ਕਾਨੂੰਨੀ ਗਰੰਟੀ ਮਿਲਣੀ ਚਾਹੀਦੀ ਹੈ ਕਿਸਾਨਾਂ ਨੂੰ ਘਟੋ ਘਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਮਿਲਣੀ ਚਾਹੀਦੀ ਹੈ ਇਹ ਮੁੱਖ ਤੌਰ ਤੇ ਚਾਰ ਮੰਗਾਂ ਸੰਸਦ ਦੇ ਵਿੱਚ ਸਰਕਾਰ ਦੇ ਅੱਗੇ ਹਰਸਮਰਤ ਕੋਰ ਬਾਦਲ ਦੇ ਵੱਲੋਂ ਰੱਖੀਆਂ ਗਈਆਂ ਨੇ ਇਸ ਤੋ ਇਲਾਵਾ ਨਿਸ਼ਾਨਾ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਵੀ ਸਾਧਿਆ ਸੰਸਦ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਭਗਵੰਤ ਬੇਈਮਾਨ ਕਹਿ ਦਿੱਤਾ ਹਰਸਮਰਤ ਕੋਰ ਬਾਦਲ ਨੇ ਜਿਸ ਤੋਂ ਬਾਅਦ ਸਾਰੇ ਸੰਸਦ ਮੈਂਬਰ ਹੱਸਣ ਲੱਗ ਪਏ ਹਰਸਮਰਤ ਕੋਰ ਬਾਦਲ ਦਾ ਕਹਿਣਾ ਹੈ ਕਿ ਜਦੋਂ ਪੰਜਾਬ ਦੇ ਵਿੱਚ ਅਸੀਂ ਸਰਕਾਰ ਛੱਡੀ ਸੀ ਉਸ ਵੇਲੇ ਪੰਜਾਬ ਦੇ ਸਿਰ ਕਰਜ਼ਾ ਸੀ 182000 ਕਰੋੜ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਉਹਨਾਂ ਨੇ 50 ਸਾਲਾਂ ਦੇ ਵਿੱਚ ਇਸ ਨੂੰ ਕਰ ਦਿੱਤਾ 275000 ਕਰੋੜ ਪਰ ਜਿਹੜੀ ਹੁਣ ਭਗਵੰਤ ਬੇਈਮਾਨ ਮੁੱਖ ਮੰਤਰੀ ਬਣ ਗਿਆ ਏ ਉਸ ਦੇ ਵੱਲੋਂ ਸਿਰਫ ਪਹਿਲੇ 6-7 ਮਹੀਨਿਆਂ ਦੇ ਵਿੱਚ ਹੀ 40000 ਕਰੋੜ ਦਾ ਕਰਜ਼ਾ ਪੰਜਾਬ ਦੇ ਸਿਰ ਚੜ੍ਹ ਦਿੱਤਾ ਗਿਆ ਏ ਇਸ ਕਰਕੇ ਕੇਂਦਰ ਸਰਕਾਰ ਸਾਡੀ ਆਰਥਿਕਤਾ ਨੂੰ ਸੱਟ ਨਾ ਮਾਰੇ ਜੋ ਵੀ ਗਰੰਟਾਂ ਸਾਨੂੰ ਮਿਲਦੀਆਂ ਸਨ ਜਿਵੇਂ ਕਿ ਆਡੀ ਐਫ ਮਿਲਦਾ ਸੀ ਉਹ ਰੁਕਣਾ ਨਹੀਂ ਚਾਹੀਦਾ ਕਿਉਂਕਿ ਭਗਵੰਤ ਬੇਈਮਾਨ ਨੇ ਹੋਰ ਵੀ ਕਰਜ਼ਾ ਚੜਾ ਦਿੱਤਾ ਹੈ ਵਾਰ-ਵਾਰ ਇਹ ਸ਼ਬਦਾ ਸੰਸਦ ਦੇ ਵਿੱਚ ਹਰ ਸਮਰਥਕ ਔਰ ਬਾਦਲ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਲਈ ਵਰਤੇ ਗਏ ਨੇ ਅੱਗੇ ਵਧਦੇ ਆ 8 ਫਰਵਰੀ ਵਾਲੇ ਦਿਨ ਕੌਮੀ ਇਨਸਾਫ ਮੋਰਚੇ ਦਾ ਇੱਕ ਵਫਦ ਚੰਡੀਗੜ੍ਹ ਦੇ ਵਿੱਚ ਦਾਖਲ ਹੋ ਰਿਹਾ ਸੀ ਹਿੰਸਕ ਝੜਪਾਂ ਹੋ ਗਈਆਂ ਦੋਵੇਂ ਪੱਖਾਂ ਦੇ ਲੋਕ ਜ਼ਖਮੀ ਹੋ ਗਏ ਪੁਲਿਸ ਵਾਲੇ ਵੀ ਜ਼ਖਮੀ ਹੋਏ ਅਤੇ ਕੌਮੀ ਇਨਸਾਫ ਮੋਰਚੇ ਦੇ ਜਿਹੜੇ ਸਿੱਖ ਜਥੇਬੰਦੀਆਂ ਦੇ ਕਾਰਕੁਨ ਸਨ ਉਹਨਾਂ ਨੂੰ ਵੀ ਕੁਝ ਸੱਟਾਂ ਲੱਗੀਆਂ ਪੱਤਰਕਾਰ ਵੀ ਜ਼ਖਮੀ ਹੋ ਗਏ ਸਨ ਇਸ ਤੋਂ ਬਾਅਦ ਹੁਣ ਕੌਮੀ ਇਨਸਾਫ ਮੋਰਚੇ ਦੇ ਪ੍ਰਬੰਧਕਾਂ ਤੇ ਦੋ ਐਫਆਈਆਰਾਂ ਦਰਜ ਹੋ ਚੁੱਕੀਆਂ ਨੇ ਇੱਕ ਐਫਆਈਆਰ ਦਰਜ ਕੀਤੀ ਗਈ ਹੈ ਚੰਡੀਗੜ੍ਹ ਪੁਲਿਸ ਦੇ ਵੱਲੋਂ ਅਤੇ ਦੂਜੀ ਕੀਤੀ ਗਈ ਹੈ ਪੰਜਾਬ ਪੁਲਿਸ ਦੇ ਵੱਲੋਂ ਚੰਡੀਗੜ੍ਹ ਪੁਲਿਸ ਦੇ ਵੱਲੋਂ 17 ਧਰਾਵਾਂ ਲਾਈਆਂ ਗਈਆਂ ਨੇ ਕੌਮੀ ਇਨਸਾਫ ਮੋਰਚੇ ਦੇ ਪ੍ਰਬੰਧਕਾਂ ਤੇ ਅਤੇ ਬਏ ਨੇਮ ਭਾਵ ਨਾਮ ਲਿਖ ਕੇ ਪਰਚਾ ਦਰਜ ਕੀਤਾ ਗਿਆ ਹੈ ਚੰਡੀਗੜ੍ਹ ਪੁਲਿਸ ਦੇ ਵੱਲੋਂ ਅਤੇ ਧਰਾਵਾਂ ਲਾਈਆਂ ਗਈਆਂ ਨੇ ਕਿ ਇਹਨਾਂ ਨੇ ਸਾਡੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਹੈ ਧਾਰਾ 307 ਇਰਾਦਾਇ ਕਤਲ ਵੀ ਲਾ ਦਿੱਤੀ ਗਈ ਹੈ ਕਿ ਤੇਜ਼ ਤਾਰ ਹਥਿਆਰਾਂ ਦੇ ਨਾਲ ਇਹਨਾਂ ਨੇ ਪੁਲਿਸ ਤੇ ਹਮਲਾ ਕੀਤਾ ਜਾਨੋ ਮਾਰਨ ਲਈ ਇਹਨਾਂ ਨੇ ਹਮਲਾ ਕੀਤਾ ਹੈ ਇਹ ਇਲਜ਼ਾਮ ਐਫ ਆਈ ਆਰ ਦੇ ਵਿੱਚ ਕੌਮੀ ਇਨਸਾਫ ਮੋਰਚੇ ਦੇ ਪ੍ਰਬੰਧਕਾਂ ਤੇ ਲਾਏ ਗਏ ਨੇ ਇਸ ਤੋਂ ਇਲਾਵਾ ਇਸ ਧਰਨੇ ਨੂੰ ਜੋ ਕੌਮੀ ਇਨਸਾਫ ਮੋਰਚਾ ਲੱਗਾ ਹੋਇਆ ਹੈ ਉਸ ਨੂੰ ਪ੍ਰੋ ਖਾਲਸਤਾਨੀ ਜਥੇਬੰਦੀਆਂ ਦਾ ਧਰਨਾ ਚੰਡੀਗੜ੍ਹ ਪੁਲਿਸ ਦੇ ਵੱਲੋਂ ਦੱਸਿਆ ਗਿਆ ਹੈ ਕਿ ਚੰਡੀਗੜ੍ਹ ਦੇ ਬਾਡਰ ਤੇ ਕੁਝ ਖਾਲਸਤਾਨੀ ਜਥੇਬੰਦੀਆਂ ਦੇ ਵੱਲੋਂ ਧਰਨਾ ਚਲਾਇਆ ਜਾਇਆ ਜਾ ਰਿਹਾ ਹੈ ਜਿਸ ਮੌਕੇ ਇਹ ਸਾਰਾ ਘਟਨਾਕ੍ਰਮ ਹੋਇਆ ਹੈ ਐਫ ਆਈ ਆਰ ਦੇ ਵਿੱਚ ਕੌਮੀ ਇਨਸਾਫ ਮੋਰਚੇ ਨੂੰ ਕਲਸਤਾਨੀਆਂ ਦਾ ਧਰਨਾ ਦੱਸਿਆ ਗਿਆ ਹੈ ਪੰਜਾਬ ਪੁਲਿਸ ਦੀ ਐਫ ਆਈ ਆਰ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਪੁਲਿਸ ਦੇ ਵੱਲੋਂ ਅਣਪਛਾਤੇਆਂ ਤੇ ਪਰਚਾ ਦਰਜ ਕੀਤਾ ਗਿਆ ਹੈ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਮਾਹੌਲ ਬਹੁਤ ਜ਼ਿਆਦਾ ਖਰਾਬ ਹੋ ਗਿਆ ਸੀ ਇਸ ਕਰਕੇ ਕਿਸੇ ਨੂੰ ਤਾਂ ਜ਼ਿੰਮੇਵਾਰੀ ਲੈਣੀ ਹੀ ਪੈਣੀ ਹੈ ਇਸ ਕਰਕੇ ਅਸੀਂ ਵੀ ਐਫ ਆਈ ਆਰ ਦਰਜ ਕੀਤੀ ਹੈ ਜਾਂਚ ਦਾ ਵਿਸ਼ਾ ਹੈ ਕਿ ਕਿਸ ਨੇ ਕੀ ਕੁਝ ਕੀਤਾ ਹੈ ਜੋ ਵੀ ਜਾਂਚ ਦੇ ਵਿੱਚ ਸਾਹਮਣੇ ਆਵੇਗਾ ਉਸ ਦੇ ਮੁਤਾਬਕ ਅਗਲੀ ਰੀ ਕਾਰਵਾਈ ਕੀਤੀ ਜਾਵੇਗੀ 9 ਫਰਵਰੀ ਨੂੰ ਵੀ ਕੌਮੀ ਇਨਸਾਫ ਮੋਰਚੇ ਦਾ 31 ਮੈਂਬਰੀ ਵਫਦ ਚੰਡੀਗੜ੍ਹ ਵੱਲ ਨੂੰ ਵਧਿਆ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘੇਰਾਓ ਕਰਨ ਦੇ ਲਈ ਪਰ ਇੱਕ ਵਾਰ ਫਿਰ ਤੋਂ ਪੰਜਾਬ ਪੁਲਿਸ ਨੇ ਰੋਕ ਲਿਆ ਚੰਡੀਗੜ੍ਹ ਦੀ ਪੁਲਿਸ ਨੇ ਰੋਕ ਲਿਆ ਪਰ ਇਸ ਵਾਰ ਕੌਮੀ ਇਨਸਾਫ ਮੋਰਚੇ ਦੇ ਮੈਂਬਰ ਸਨ ਸਿਰਫ 31 ਅਤੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਅਤੇ ਚੰਡੀਗੜ੍ਹ ਦੇ ਪੁਲਿਸ ਦੇ ਮੁਲਾਜ਼ਮ ਇਸ ਮੌਕੇ ਤਨਾਤ ਕੀਤੇ ਗਏ ਸਨ ਪਿਛਲੇ ਦਿਨ ਦੀ ਘਟਨਾਕ੍ਰਮ ਨੂੰ ਵੇਖਦਿਆਂ ਪਰ ਇਸ ਮੌਕੇ ਏ ਕੌਮੀ ਇਨਸਾਫ ਮੋਰਚੇ ਦੇ ਜਿਹੜੇ ਨੁਮਾਇंदे ਪਹੁੰਚੇ ਸਨ ਉਹਨਾਂ ਨੂੰ ਰੋਕ ਲਿਆ ਗਿਆ ਜਿੱਥੇ ਰੋਕਿਆ ਗਿਆ ਬਾਰਡਰ ਤੇ ਉੱਥੇ ਹੀ ਉਹ ਬੈਠ ਗਏ 2 ਘੰਟਿਆਂ ਤੱਕ ਸਤਨਾਮ ਵਾਹਿਗੁਰੂ ਦਾ ਜਾਪ ਇਹ ਸੰਗਤ ਰੂਪੀ ਵਫਾ ਜੋਸੀ ਉਹ ਕਰਦਾ ਰਿਹਾ 2 ਘੰਟੇ ਤੱਕ ਜਾਪ ਕਰਨ ਤੋਂ ਬਾਅਦ ਮੋਰਚੇ ਦੇ ਵਿੱਚ ਵਾਪਸੀ ਇਸ ਵਫਾ ਦੇ ਵੱਲੋਂ ਕਰ ਲਈ ਗਈ ਹੈ ਐਲਾਨ ਕੀਤਾ ਗਿਆ ਹੈ ਕਿ ਰੋਜ਼ਾਨਾ ਪੱਤਰ ਤੇ ਅ ਜਹੀ ਕੀਤਾ ਜਾਵੇਗਾ ਜਿੰਨੀ ਦੇਰ ਤੱਕ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਚਾਰਾਜ਼ ਹੋਈ ਨਹੀਂ ਕੀਤੀ ਜਾਂਦੀ ਹੈ ਇਸ ਤਰੀਕੇ ਨਾਲ ਕੌਮੀ ਇਨਸਾਫ ਮੋਰਚਾ ਲਗਾਤਾਰ ਅੱਗੇ ਵਧ ਰਿਹਾ ਹੈ ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਹੈ ਕਿ ਅਸੀਂ ਪਹਿਲਾਂ ਵੀ ਸਮਰਥਨ ਦੇ ਰਹੇ ਹਾਂ ਪਰ 20 ਫਰਵਰੀ ਨੂੰ ਮੋਰਚੇ ਦੇ ਵਿੱਚ ਪਹੁੰਚ ਕੇ ਆਪਣਾ ਸਮਰਥਨ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਦਿੱਤਾ ਜਾਵੇਗਾ ਅਗਲੀ ਖਬਰ ਦੇ ਵੱਲ ਵਧਦੇ ਆ ਗੁਰਮੀਤ RAM ਰਹੀਨ ਦੀ 40 ਦਿਨਾ ਪਰੋਲ ਦੇ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੀ ਜਿਸ ਤੇ 9 ਫਰਵਰੀ ਨੂੰ ਸੁਣਵਾਈ ਹੋਈ ਅਤੇ ਇਹ ਸੁਣਵਾਈ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਰਿਆਣੇ ਦੀ ਸਰਕਾਰ ਨੂੰ ਨੋਟਿਸ ਭੇਜ ਦਿੱਤਾ ਹੈ ਜਵਾਬ ਮੰਗਿਆ ਗਿਆ ਹੈ 17 ਫਰਵਰੀ ਤੱਕ ਹਰਿਆਣੇ ਦੀ ਸਰਕਾਰ ਨੇ ਕੋਰਟ ਦੇ ਵਿੱਚ ਆਪਣਾ ਜਵਾਬ ਦਾਖਲ ਕਰਨਾ ਹੈ ਐਸਜੀਪੀਸੀ ਮੈਂਬਰ ਭਗਵੰਤ ਸਿੰਘ ਸਿਆਲਕਾ ਦੇ ਵੱਲੋਂ ਇਹ ਜਨਹਿਤ ਪਟੀਸ਼ਨ ਪਾਈ ਗਈ ਹੈ ਕਿ ਜਿਹੜੀ ਵਾਰ-ਵਾਰ ਪਰੋਲ ਦਿੱਤੀ ਜਾ ਰਹੀ ਹੈ ਰਾਮ ਰਹੀਮ ਨੂੰ ਉਸ ਦੇ ਨਾਲ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦਾ ਮਾਹੌਲ ਖਰਾਬ ਹੋ ਸਕਦਾ ਹੈ ਇਸ ਕਰਕੇ ਪਰੋਲ ਰੱਦ ਕੀਤੀ ਜਾਣੀ ਚਾਹੀਦੀ ਹੈ ਅਤੇ ਜਿਨ੍ਹਾਂ ਨੇ ਪਰੋਲ ਦਿੱਤੀ ਹੈ ਉਹਨਾਂ ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਐਸਜੀਪੀਸੀ ਦੇ ਵਕੀਲਾਂ ਨੇ ਜਾਣਕਾਰੀ ਦਿੱਤੀ ਕਿ ਅਸੀਂ 2-3 ਤਰਕ ਦਿੱਤੇ ਨੇ 2-3 ਦਲੀਲਾਂ ਦੇ ਇਤਿੰਗਾਂ ਨੇ ਕੋਰਟ ਦੇ ਵਿੱਚ ਕਿ ਇਹ ਪਰੋਲ ਰਾਦਾ ਹੋਣੀ ਚਾਹੀਦੀ ਹੈ ਪਹਿਲੀ ਦਲੀਲ ਅਸੀਂ ਇਹ ਦਿੱਤੀ ਕਿ ਜੋ ਕੁਝ ਇਹਨਾਂ ਨੇ ਪੰਚਕੁਲਾ ਦੇ ਵਿੱਚ 2017 ਦੇ ਵਿੱਚ ਕੀਤਾ ਸੀ ਉਹ ਅਜੇ ਤੱਕ ਲੋਕਾਂ ਨੂੰ ਨਹੀਂ ਭੁੱਲਿਆ ਦੂਜੀ ਦਲੀਲ ਅਸੀਂ ਇਹ ਦਿੱਤੀ ਕਿ ਬੇਦਬੀ ਕਾਣ ਦੇ ਵਿੱਚ ਵੀ ਇਸ ਦਾ ਨਾਂ ਬੋਲਦਾ ਇਸ ਕਰਕੇ ਪਰੋਲ ਨਹੀਂ ਦਿੱਤੀ ਜਾਣੀ ਚਾਹੀਦੀ ਤੀਜਾ ਤਰਕ ਅਸੀਂ ਕੋਰਟ ਦੇ ਵਿੱਚ ਇਹ ਦਿੱਤਾ ਕਿ ਬਾਹਰ ਆ ਕੇ ਇਸ ਦੇ ਵੱਲੋਂ ਇੱਕ ਵਾਰ ਫਿਰ ਤੋਂ ੜਕਾਊ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ੜਕਾਊ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਜਿਵੇਂ ਕਿ ਕੇਕ ਕਟਿਆ ਉਹ ਵੀ ਕਿਰਪਾਨ ਦੇ ਨਾਲ ਜਿਸ ਦੇ ਨਾਲ ਕਿਸੇ ਧਰਮ ਦੇ ਭਾਈਚਾਰੇ ਦੇ ਪਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ ਇਸ ਕਰਕੇ ਇੱਕ ਵਾਰ ਫਿਰ ਤੋਂ ਢੜਕਾਉ ਕੰਮ ਕਰ ਰਿਹਾ ਇਹ ਬੰਦਾ ਬਾਹਰ ਆ ਕੇ ਪਰੋਲ ਰੱਦ ਕੀਤੀ ਜਾਣੀ ਚਾਹੀਦੀ ਹੈ ਐਸਜੀਪੀਸੀ ਦੇ ਵੱਲੋਂ ਇਹ ਪਟੀਸ਼ਨ ਹਾਈ ਕੋਰਟ ਦੇ ਵਿੱਚ ਪਾਈ ਗਈ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਆਮ ਆਦਮੀ ਪਾਰਟੀ ਦੇ ਆਪਣੇ ਹੀ ਵਿਧਾਇਕ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਦਿਖਾਈ ਦੇ ਰਹੇ ਹਨ ਦੋ ਮਹਿਲਾ ਵਿਧਾਇਕਾਂ ਦੇ ਪਤੀ ਸਰਕਾਰੀ ਪ੍ਰੋਗਰਾਮਾਂ ਦੇ ਵਿੱਚ ਮਹਿਮਾਨ ਵੀ ਬਣ ਰਹੇ ਹਨ ਅਤੇ ਸਰਕਾਰੀ ਜੋ ਪ੍ਰੋਜੈਕਟ ਨੇ ਉਹਨਾਂ ਦਾ ਉਦਘਾਟਨ ਵੀ ਆਮ ਆਦਮੀ ਪਾਰਟੀ ਦੀਆਂ ਮਹਿਲਾ ਵਿਧਾਇਕਾਂ ਦੇ ਪਤੀਆਂ ਦੇ ਵੱਲੋਂ ਕੀਤੇ ਜਾ ਰਹੇ ਨੇ ਤਸਵੀਰਾਂ ਸਾਹਮਣੇ ਆ ਗਈਆਂ ਸੰਗਰੂਰ ਤੋਂ ਜਿੱਥੇ ਕਿ ਇੱਕ ਫਰਸ਼ ਦਾ ਉਦਘਾਟਨ ਕੀਤਾ ਜਾਣਾ ਸੀ ਨਰਿੰਦਰ ਕੌਰ ਭਰਾਜ ਦਾ ਨਾਮ ਉਦਗਾਟਣੀ ਪੱਥਰ ਤੇ ਲਿਖਿਆ ਗਿਆ ਸੀ ਨਹੀਂ ਪੱਥਰ ਤੇ ਲਿਖਿਆ ਗਿਆ ਸੀ ਪਰ ਉਹਨਾਂ ਦੀ ਥਾਂ ਉਹਨਾਂ ਦੇ ਪਤੀ ਮਨਦੀਪ ਸਿੰਘ ਦੇ ਵੱਲੋਂ ਇਸ ਦਾ ਉਦਗਾਟਣ ਕੀਤਾ ਗਿਆ 31 ਅਗਸਤ 2022 ਨੂੰ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਜਿਹੜੇ ਸਰਪੰਚ ਨੇ ਬਲਾਕ ਸਮਤੀ ਮੈਂਬਰ ਨੇ ਜਾਂ ਫਿਰ ਹੋਰ ਵੀ ਜਿਹੜੇ ਅਹੁਦੇਦਾਰ ਨੇ ਜਿਹੜੀਆਂ ਮਹਿਲਾਵਾਂ ਅਹੁਦੇਦਾਰ ਨੇ ਉਹਨਾਂ ਦੇ ਪਤੀ ਪਿਤਾ ਭਰਾ ਜਾਂ ਰਿਸ਼ਤੇਦਾਰ ਕੋਈ ਵੀ ਹੈ ਉਹ ਉਹਨਾਂ ਦਾ ਕੰਮ ਨਹੀਂ ਕਰੇਗਾ ਜੇਕਰ ਕਰਦਾ ਪਾਇਆ ਗਿਆ ਸਾਡੀ ਸਰਕਾਰ ਦੇ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕੁਲਦੀਪ ਸਿੰਘ ਢਾਲੀਵਾਲ ਨੇ ਇਹ ਐਲਾਨ ਕੀਤਾ ਸੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਸੀ ਪਰ ਹੁਣ ਆਮ ਆਦਮੀ ਪਾਰਟੀ ਦੇ ਆਪਣੇ ਹੀ ਲੀਡਰਾਂ ਦੇ ਵੱਲੋਂ ਵਿਧਾਇਕਾਂ ਦੇ ਵੱਲੋਂ ਸਰਕਾਰ ਦੇ ਹੁਕਮਾਂ ਦੀਆਂ ਤੱਜੀਆਂ ਉਡਾਈਆਂ ਜਾ ਰਹੀਆਂ ਨੇ ਖਬਰਾਂ ਤਾਂ ਇਹ ਵੀ ਸਾਹਮਣੇ ਆਈਆਂ ਕਿ ਲੁਧਿਆਣਾ ਤੋਂ ਆਪ ਵਿਧਾਇਕ ਰਾਜੇਂਦਰ ਪਾਲਕੌਰ ਸ਼ੀਨਾ ਦੇ ਜਿਹੜੇ ਪਤੀ ਨੇ ਹਰਪ੍ਰੀਤ ਸਿੰਘ ਉਹਨਾਂ ਦੇ ਵੱਲੋਂ ਵੀ ਉਦਘਾਟਨ ਕੀਤੇ ਜਾ ਰਹੇ ਨੇ ਅਤੇ ਉਹ ਵੀ ਸਰਕਾਰੀ ਆਗਮਾਂ ਦੇ ਵਿੱਚ ਮੁੱਖ ਮਹਿਮਾਨ ਬਣ ਰਹੇ ਹਨ ਜੋ ਕਿ ਮਾਨ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਹੈ ਹੁਣ ਵਿਰੋਧੀ ਪਾਰਟੀਆਂ ਦੇ ਵੱਲੋਂ ਅਤੇ ਸੋਸ਼ਲ ਮੀਡੀਆ ਤੇ ਆਮ ਲੋਕਾਂ ਦੇ ਵੱਲੋਂ ਵੀ ਮਾਨ ਸਰਕਾਰ ਦਾ ਮਜ਼ਾਕ ਉਡਾਇਆ ਜਾਣ ਲੱਗ ਪਿਆ ਹੈ ਕਿ ਇਹਨਾਂ ਨੇ ਦੂਜਿਆਂ ਨੂੰ ਕੀ ਸੰਭਾਲਣਾ ਹੈ ਇਹਨਾਂ ਤੋਂ ਤਾਂ ਆਪਣੇ ਹੀ ਵਿਧਾਇਕ ਸੰਭਾਲੇ ਨਹੀਂ ਜਾਂਦੇ ਆਮ ਆਦਮੀ ਪਾਰਟੀ ਇਸ ਮੁੱਦੇ ਤੇ ਕਸੂਤੀ ਫਸਦੀ ਦਿਖਾਈ ਦਿੰਦੀ ਹੈ ਅਗਲੀ ਖਬਰ ਦੇ ਵੱਲ ਵਧਦੇ ਆ ਸਾਂਝਾ ਮਜ਼ਦੂਰ ਮੋਰਚਾ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਚੇਤਾਵਨੀ ਦੇ ਦਿੱਤੀ ਗਈ ਹੈ ਅੱਠ ਮਜ਼ਦੂਰ ਜਥੇਬੰਦੀਆਂ ਦੇ ਵੱਲੋਂ ਇੱਕ ਸਾਂਝਾ ਮਜ਼ਦੂਰ ਮੋਰਚਾ ਬਣਾਇਆ ਗਿਆ ਹੈ ਬਠਿੰਡਾ ਦੇ ਵਿੱਚ ਇੱਕ ਚੇਤਾਵਨੀ ਧਰਨਾ ਦਿੱਤਾ ਗਿਆ ਸਾਂਝਾ ਮਜ਼ਦੂਰ ਮੋਰਚੇ ਦੇ ਵੱਲੋਂ ਕਹਿੰਦੇ ਨੇ ਜਦੋਂ ਵੀ ਸਾਡੀ ਮੁੱਖ ਮੰਤਰੀ ਦੇ ਨਾਲ ਮੀਟਿੰਗ ਰੱਖੀ ਜਾਂਦੀ ਹੈ ਮੁੱਖ ਮੰਤਰੀ ਐਨ ਮੌਕੇ ਤੇ ਮੀਟਿੰਗ ਦੇ ਵਿੱਚ ਨਹੀਂ ਪਹੁੰਚਦੇ ਸਾਡੇ ਨਾਲ ਧੋਖਾ ਕਰਦੇ ਨੇ ਹੁਣ 15 ਅਵਰੀ ਨੂੰ ਮੁੱਖ ਮੰਤਰੀ ਦੇ ਨਾਲ ਮਜ਼ਦੂਰਾਂ ਦੀ ਬੈਠਕ ਹੈ ਇਹ ਚੇਤਾਵਨੀਆਂ ਅਸੀਂ ਇਸ ਕਰਕੇ ਦੇ ਰਹੇ ਹਾਂ ਮੁੱਖ ਮੰਤਰੀ ਹਾਜ਼ਰ ਹੋ ਅਸੀਂ ਆਪਣੀ ਇਸ ਚੇਤਾਵਨੀ ਦਾ ਨਾਮ ਰੱਖਿਆ ਹੈ ਕਿਉਂਕਿ ਜੇਕਰ ਇਸ ਵਾਰ 15 ਫਰਵਰੀ ਨੂੰ ਵੀ ਮੁੱਖ ਮੰਤਰੀ ਨੇ ਕਹਿ ਦਿੱਤਾ ਕਿ ਮੈਂ ਮਜ਼ਦੂਰਾਂ ਦੇ ਨਾਲ ਬੈਠਕ ਨਹੀਂ ਕਰ ਸਕਦਾ ਟਾਲਾ ਵਟਿਆ ਜਾਂ ਫਿਰ ਬੈਠਕ ਕੈਨਸਲ ਕੀਤੀ ਤਾਂ ਫਿਰ ਮਜ਼ਦੂਰਾਂ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਸੰਘਰਸ਼ ਵਿੜ ਦਿੱਤਾ ਜਾਵੇਗਾ ਅਸੀਂ ਸੜਕਾਂ ਵੀ ਜਾਮ ਕਰਾਂਗੇ ਅਸੀਂ ਇਹਨਾਂ ਦੇ ਵਿਧਾਇਕਾਂ ਦੇ ਲੀਡਰਾਂ ਦੇ ਘਰਾਂ ਦੇ ਬਾਹਰ ਧਰਨੇ ਵੀ ਦੇਵਾਂਗੇ ਇੱਥੋਂ ਤੱਕ ਕਿ ਰੇਲਾਂ ਵੀ ਜਾਮ ਕਰ ਦਿਆਂਗੇ ਮਜ਼ਦੂਰਾਂ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਕਹਿੰਦੇ ਨੇ ਸਾਡੀਆਂ 15 ਮੰਗਾਂ ਹਨ ਜਿਨ੍ਹਾਂ ਦੇ ਵਿੱਚ ਗਰੀਬ ਮਜ਼ਦੂਰਾਂ ਦਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਪੂਰਾ ਕਰਨਾ ਚਾਹੀਦਾ ਹੈ ਸਰਕਾਰ ਨੂੰ ਘਰ ਬਣਾਉਣ ਲਈ ਜੋ ਗ੍ਰਾਂਟਾਂ ਦਿੱਤੀਆਂ ਜਾਂਦੀਆਂ ਨੇ ਉਹ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਜ਼ਮੀਨਾਂ ਦੀ ਵੰਡ ਗਰੀਬ ਮਜ਼ਦੂਰਾਂ ਦੇ ਵਿੱਚ ਕੀਤੀ ਜਾਣੀ ਚਾਹੀਦੀ ਹੈ ਪੈਨਸ਼ਨਾਂ ਵੀ ਵਧਾਈਆਂ ਜਾਣੀਆਂ ਚਾਹੀਦੀਆਂ ਨੇ ਸਾਡੀਆਂ 15 ਮੰਗਾਂ ਨੇ ਸਰਕਾਰ ਨੂੰ ਅਸੀਂ ਦੱਸ ਚੁੱਕੇ ਹਾਂ ਪਰ ਜੇਕਰ ਮੁੱਖ ਮੰਤਰੀ ਨੇ ਟਾਲਾ ਵਟਿਆ ਬੈਠਕ ਤੋਂ ਤਾਂ ਫਿਰ ਸੰਘਰਸ਼ ਤਿੱਖਾ ਕਰਾਂਗੇ ਚੇਤਾਵਨੀ ਮਜ਼ਦੂਰਾਂ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇ ਦਿੱਤੀ ਗਈ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਜ਼ੀਰੇ ਦੀ ਸ਼ਰਾਬ ਫੈਕਟਰੀ ਦੇ ਸਾਹਮਣੇ ਮੋਰਚਾ ਚੱਲ ਰਿਹਾ ਹੈ 17 ਜਨਵਰੀ ਨੂੰ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਤੁਰੰਤ ਪ੍ਰਭਾਵ ਦੇ ਨਾਲ ਫੈਕਟਰੀ ਬੰਦ ਕੀਤੀ ਜਾਂਦੀ ਹੈ ਉਡੀਕ ਕਰ ਰਹੇ ਨੇ ਪ੍ਰਦਰਸ਼ਨਕਾਰੀ ਕਿ ਕਦੋਂ ਲਿਖਤੀ ਨੋਟੀਫਿਕੇਸ਼ਨ ਜਾਰੀ ਹੋਵੇਗਾ ਅਸੀਂ ਮੋਰਚਾ ਚੁੱਕਾਂਗੇ ਪਰ ਹੁਣ ਰਿਪੋਰਟ ਦੇ ਮੁਤਾਬਕ ਮਾਨ ਸਰਕਾਰ ਨੇ ਜ਼ੀਰੇ ਦੀ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦੀ ਰਸਮੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਦੇ ਪਹਿਲੇ ਪੜਾਅ ਦੇ ਤਹਿਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵੱਲੋਂ ਜ਼ੀਰਾ ਫੈਕਟਰੀ ਦੀ ਪ੍ਰਵਾਨਗੀ ਰੱਦ ਕਰ ਦਿੱਤੀ ਗਈ ਹੈ ਕਿਉਂਕਿ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਪ੍ਰਵਾਨਗੀ ਲੈਣੀ ਪੈਂਦੀ ਹੈ December 2022 ਦੇ ਵਿੱਚ ਫੈਕਟਰੀ ਦੇ ਪ੍ਰਬੰਧਕਾਂ ਦੇ ਵੱਲੋਂ ਇਹ ਅਰਜ਼ੀ ਲਾਈ ਗਈ ਸੀ ਪ੍ਰਵਾਨਗੀ ਲੈਣ ਵਾਸਤੇ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ 2 ਦਿਨ ਪਹਿਲਾਂ ਫੈਕਟਰੀ ਪ੍ਰਬੰਧਕਾਂ ਦੇ ਵੱਲੋਂ ਅਪਲਾਈ ਕੀਤਾ ਗਿਆ ਕੰਸੈਂਟ ਟੂ ਅਪਰੇਟ ਰੱਦ ਕਰ ਦਿੱਤਾ ਹੈ ਜਿਸ ਦਾ ਮਤਲਬ ਹੈ ਕਿ ਕਾਨੂੰਨੀ ਤੌਰ ਤੇ ਹੁਣ ਫੈਕਟਰੀ ਨਹੀਂ ਚੱਲ ਸਕਦੀ ਹੈ ਪਤਾ ਤਾਂ ਇਹ ਵੀ ਲੱਗਿਆ ਹੈ ਕਿ ਜਿਹੜਾ ਆਪਕਾਰੀ ਵਿਭਾਗ ਉਸ ਦੇ ਵੱਲੋਂ ਵੀ ਜੋ ਇਸ ਫੈਕਟਰੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਉਹ ਵੀ 31 ਮਾਰਚ ਨੂੰ ਖਤਮ ਹੋਣ ਵਾਲੀ ਹੈ ਉਸ ਨੂੰ ਵੀ ਰੀਨਿਊ ਨਹੀਂ ਕੀਤਾ ਜਾਵੇਗਾ ਭਾਵ ਇਹ ਪ੍ਰਵਾਨਗੀ ਅੱਗੇ ਨਹੀਂ ਵਧਾਈ ਜਾਏਗੀ ਅਤੇ 31 ਮਾਰਚ ਤੋਂ ਬਾਅਦ ਫਿਰ ਫੈਕਟਰੀ ਕਾਨੂੰਨੀ ਤੌਰ ਤੇ ਬੰਦ ਹੋ ਸਕਦੀ ਹੈ ਹੁਣ ਅਜਿਹੀਆਂ ਚਰਚਾਵਾਂ ਚੱਲ ਪਈਆਂ ਨੇ ਪਰ ਜੇਕਰ ਮਸਲਾ ਹਾਈ ਕੋਰਟ ਦੇ ਵਿੱਚ ਪਹੁੰਚਿਆ ਅਦਾਲਤ ਦੇ ਵਿੱਚ ਪਹੁੰਚਿਆ ਤਾਂ ਫਿਰ ਅਦਾਲਤ ਦੇ ਵੱਲੋਂ ਕੀ ਰੁਖ ਅਖਤਿਆਰ ਕੀਤਾ ਜਾਂਦਾ ਹੈ ਉਸ ਤੇ ਵੀ ਸਭ ਦੀਆਂ ਨਿਗਾਹਾਂ ਬੜੀਆਂ ਰਹਿਣਗੀਆਂ ਅਗਲੀ ਖਬਰ ਦੇ ਵੱਲ ਵਧਦੇ ਹਾਂ ਮਾਨ ਸਰਕਾਰ ਨੇ ਇੱਕ ਹੁਕਮ ਜਾਰੀ ਕੀਤਾ ਹੋਇਆ ਹੈ ਕਿ 21 ਫਰਵਰੀ ਤੋਂ ਪਹਿਲਾਂ-ਪਹਿਲਾਂ ਪੂਰੇ ਪੰਜਾਬ ਦੇ ਵਿੱਚ ਪੰਜਾਬੀ ਲਾਗੂ ਹੋ ਜਾਣੀ ਚਾਹੀਦੀ ਹੈ ਜਿੰਨੇ ਵੀ ਬੋਰਡ ਨੇ ਭਾਵੇਂ ਉਹ ਸਰਕਾਰੀ ਹੋਣ ਪ੍ਰਾਈਵੇਟ ਹੋਣ ਦੁਕਾਨਾਂ ਦੇ ਹੋਣ ਮੀਲ ਪੱਤਰ ਹੋਣ ਸਾਰਿਆਂ ਤੇ ਪੰਜਾਬੀ ਭਾਸ਼ਾ ਪਹਿਲੇ ਨੰਬਰ ਤੇ ਲਿਖੀ ਹੋਈ ਹੋਣੀ ਚਾਹੀਦੀ ਹੈ ਇਸ ਨੂੰ ਲੈ ਕੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਆਮ ਆਦਮੀ ਪਾਰਟੀ ਤੇ ਤੰਜ ਕੱਸਿਆ ਗਿਆ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਜੋ ਕਿ ਪੰਜਾਬੀ ਨਹੀਂ ਹਨ ਅਤੇ ਦਿੱਲੀੋਂ ਆ ਕੇ ਪੰਜਾਬ ਦੇ ਵਿੱਚ ਉਹਨਾਂ ਦੇ ਵੱਲੋਂ ਜਿਵੇਂ ਕਿ ਰਾਜ ਸਭਾ ਮੈਂਬਰੀ ਲਈ ਗਈ ਹੈ ਹੋਰ ਕੰਮਕਾਜ ਵੀ ਕੀਤੇ ਜਾ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਆਪਣੇ ਇਨ੍ਹਾਂ ਟਵੀਟਾਂ ਦੇ ਵਿੱਚ ਮਾਨ ਸਰਕਾਰ ਨੂੰ ਘੇਰਦੇ ਹੋਏ ਕਹਿੰਦੇ ਨੇ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੁਲਤਾਰ ਸਿੰਘ ਸੰਧਵਾ ਸੱਚਮੁੱਚ ਹੀ ਪੰਜਾਬ ਦੇ ਵਿੱਚ ਪੰਜਾਬੀ ਨੂੰ ਲਾਗੂ ਕਰਨਾ ਚਾਹੁੰਦੇ ਨੇ ਤਾਂ ਆਪਣੇ ਘਰੋਂ ਉਹਨਾਂ ਨੂੰ ਸ਼ੁਰੂਆਤ ਕਰਨੀ ਚਾਹੀਦੀ ਹੈ ਸਭ ਤੋਂ ਪਹਿਲਾਂ ਰਾਗਵ ਚੱਡਾ ਸੰਦੀਪ ਪਾਠਕ ਸਤਿਆ ਗੋਪਾਲ ਜਿਸ ਨੂੰ ਕੇਰੇਰਾ ਦਾ ਚੇਅਰਮੈਨ ਬਣਾਇਆ ਹੋਇਆ ਏ ਅਤੇ ਮੈਂਬਰ ਰੇਰਾ ਦੇ ਰਕੇਸ਼ ਗੋਇਲ ਇਹਨਾਂ ਬੰਦਿਆਂ ਨੂੰ ਪਹਿਲਾਂ ਪੰਜਾਬੀ ਸਿਖਾਓ ਨਵਲ ਅਗਰੇਵਾਲ ਜਿਹੜਾ ਕਿ ਪੰਜਾਬ ਦੀ ਸਰਕਾਰ ਚਲਾ ਰਿਹਾ ਏ ਉਸ ਨੂੰ ਵੀ ਪਹਿਲਾਂ ਪੰਜਾਬੀ ਸਿਖਾਓ ਇਹ ਕਹਿੰਦੇ ਨੇ ਕਿ 10ਵੀਂ ਦੇ ਵਿੱਚ ਪੰਜਾਬੀ ਲਾਜ਼ਮੀ ਹੋਣੀ ਚਾਹੀਦੀ ਹੈ ਜਿਸ ਵੀ ਬੰਦੇ ਨੇ ਪੰਜਾਬ ਦੇ ਵਿੱਚ ਨੌਕਰੀ ਕਰਨੀ ਹੈ ਤਾਂ ਫਿਰ ਨਵਲ ਅਗਰਵਾਲ ਜਿਹੜਾ ਕਿ ਕੇਜਰੀਵਾਲ ਨੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਦੀਆਂ ਫਾਈਲਾਂ ਵੇਖਣ ਨੂੰ ਲਾਇਆ ਏ ਸਤਿਆ ਗੋਪਾਲ ਰਕੇਸ਼ ਗੋਇਲ ਜਿਹੜੇ ਕਿ ਚੇਅਰਮੈਨ ਤੇ ਮੈਂਬਰ ਨੇ ਰੇਰਾ ਦੇ ਉਹਨਾਂ ਨੂੰ ਕਹੋ ਕਿ ਪਹਿਲਾਂ ਆਪਣੇ 10ਵੀਂ ਦੇ ਸਰਟੀਫਿਕੇਟ ਵਿਖਾਉਣ ਕਿ ਉਹਨਾਂ ਨੇ ਪੰਜਾਬੀ ਲਾਜ਼ਮੀ ਪੜ੍ਹੀ ਹੋਈ ਹੈ ਕਿਉਂਕਿ ਉਹ ਤਾਂ ਪਹਿਲਾਂ ਹੀ ਪੰਜਾਬ ਦੇ ਵਿੱਚ ਕੰਮ ਕਰ ਰਹੇ ਹਨ ਇਹ ਤੰਜ਼ ਕੱਸਿਆਏ ਕਿਉਂਕਿ ਸੰਦੀਪ ਪਾਠਕ ਪੰਜਾਬੀ ਨਹੀਂ ਹਨ ਉਹਨਾਂ ਨੂੰ ਦਿੱਲੀੋਂ ਲਿਆ ਕੇ ਰਾਜ ਸਭਾ ਦਾ ਮੈਂਬਰ ਬਣਾਇਆ ਗਿਆ ਰਗਵ ਚੱਡਾ ਪੰਜਾਬ ਦੇ ਨਹੀਂ ਦਿੱਲੀੋਂ ਲਿਆ ਕੇ ਉਹਨਾਂ ਨੂੰ ਵੀ ਰਾਜ ਸਭਾ ਦਾ ਮੈਂਬਰ ਬਣਾਇਆ ਗਿਆ ਨਵਲ ਅਗਰਵਾਲ ਤੇ આરોਪ ਲੱਗਦਾ ਏ ਕਿ ਉਹ ਸਰਕਾਰ ਦੀਆਂ ਮੀਟਿੰਗਾਂ ਦੇ ਵਿੱਚ ਬੈਠਦੇ ਨੇ ਭਗਵੰਤ ਮਾਨ ਨੂੰ ਮੋਨੀਟਰ ਕਰਦੇ ਨੇ ਕਿ ਅਰਵਿੰਦ ਕੇਜਰੀਵਾਲ ਦੇ ਮੁਤਾਬਿਕ ਕੰਮ ਹੋ ਰਿਹਾ ਹੈ ਜਾਂ ਫਿਰ ਨਹੀਂ ਇਹ ਇਲਜ਼ਾਮ ਵਿਰੋਧੀਆਂ ਦੇ ਵੱਲੋਂ ਲਾਏ ਜਾਂਦੇ ਨੇ ਅਤੇ ਉਸੇ ਤੇ ਹੀ ਤੰਜ਼ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਕੱਸਿਆ ਗਿਆ ਹੈ ਅੱਗੇ ਵਧਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮੋੜਵਾ ਜਵਾਬ ਆਮ ਆਦਮੀ ਪਾਰਟੀ ਦੇ ਵੱਲੋਂ ਦਿੱਤਾ ਗਿਆ ਏ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਲੋਕਾਂ ਨੂੰ ਬੀਤੇ ਦਿਨ ਸਲਾਹ ਦੇ ਰਹੇ ਸਨ ਕਿ ਗਰਮੀਆਂ ਦੇ ਵਿੱਚ ਬਿਜਲੀ ਨਹੀਂ ਮਿਲਣੀ ਹੈ ਪੰਜਾਬ ਦੇ ਵਿੱਚ ਬਲੈਕਆਊਟ ਹੋ ਜਾਣਾ ਹੈ ਕਿਉਂਕਿ ਪੀਐਸਪੀਸੀਲ ਦਾ ਬਹੁਤ ਬੁਰਾ ਹਾਲ ਹੈ ਇਸ ਕਰਕੇ ਪੰਜਾਬ ਦੇ ਲੋਕੋ ਤੁਸੀਂ ਇਨਵਰਟਰ ਖਰੀਦ ਲਓ ਜਨਰੇਟਰ ਖਰੀਦ ਲਓ ਬਿਜਲੀ ਦਾ ਕੋਈ ਬਦਲਵਾ ਪ੍ਰਬੰਧ ਕਰ ਲਓ ਕਿਉਂਕਿ ਸਰਕਾਰ ਦੇ ਹੱਥ ਨੇ ਖੜੇ ਇਸ ਗੱਲ ਦਾ ਜਵਾਬ ਆਮ ਆਦਮੀ ਪਾਰਟੀ ਦੇ ਬੁਲਾਰਿਆਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦੇ ਦਿੱਤਾ ਗਿਆ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਘਟੀਆ ਪ੍ਰੋਪਗੈਂਡਾ ਕੀਤਾ ਜਾ ਰਿਹਾ ਹੈ ਅਜਿਹੇ ਹਰ ਕੁਝ ਵੀ ਨਹੀਂ ਹੈ ਕੋਈ ਵੀ ਕਮੀ ਪੰਜਾਬ ਦੇ ਵਿੱਚ ਨਹੀਂ ਆਉਣ ਦਿੱਤੀ ਜਾਵੇਗੀ ਗੱਲ ਜੇਕਰ ਦੇਣਦਾਰੀਆਂ ਦੀ ਕਰੀਏ ਤਾਂ ਕਹਿੰਦੇ ਨੇ ਕਿ 9020 ਕਰੋੜ ਦੀ ਦੇਣਦਾਰੀ ਇਹਨਾਂ ਦੋਵਾਂ ਸਰਕਾਰਾਂ ਨੇ ਸਾਨੂੰ ਦਿੱਤੀ ਹੈ ਉਸ ਦੇ ਲਈ ਜ਼ਿੰਮੇਵਾਰ ਕੌਣ ਹੈ ਅਸੀਂ ਤਾਂ ਸਗੋਂ ਪੀਐਸ ਪੀਸੀਐਲ ਦੇ ਇਹ ਪੈਸੇ ਤਾਰ ਰਹੇ ਹਾਂ ਭਾਅ ਭੁਗਤਾਨ ਕਰ ਰਹੇ ਹਾਂ ਨੀਲ ਗਰਗਨੇ ਕਿਹਾ ਕਿ ਸਿਰਫ 3028 ਕਰੋੜ ਰੁਪਈਆ ਹੀ ਪੰਜਾਬ ਸਰਕਾਰ ਦੇ ਵੱਲ ਪੀਐਸ ਪੀਸੀਐਲ ਦਾ ਬਕਾਇਆ ਰਹਿ ਗਿਆ ਹੈ ਇੱਥੇ ਫਸ ਗਿਆ ਕੰਮ ਕਿਉਂਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 1-2 ਦਿਨ ਪਹਿਲਾਂ ਹੀ ਬਿਆਨ ਦਿੱਤਾ ਸੀ ਕਿ ਕੋਈ ਪੈਸਾ ਬਕਾਇਆ ਨਹੀਂ ਹੈ ਸਾਰੇ ਪੈਸੇ ਅਸੀਂ ਦੇ ਦਿੱਤੇ ਨੇ ਪਰ ਹੁਣ ਨੀਲ ਗਰਗ ਕਹਿੰਦੇ ਨੇ ਕਿ ਪੰਜਾਬ ਸਰਕਾਰ ਦੇ ਵੱਲ ਪੀਐਸਪੀਸੀਲ ਦਾ 3028 ਕਰੋੜ ਰੁਪਇਆ ਬਕਾਇਆ ਹੈ ਜਿਸ ਨੂੰ ਕਿ ਛੇਤੀ ਹੀ ਉਸਦਾ ਵੀ ਭੁਗਤਾਨ ਕਰ ਦਿੱਤਾ ਜਾਵੇਗਾ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਇੱਥੇ ਦੋ ਬਿਆਨ ਦਿੱਤੇ ਜਾ ਰਹੇ ਨੇ ਅਗਲੀ ਖਬਰ ਦੇ ਵੱਲ ਵਧਦੇ ਹਾਂ ਪੰਜਾਬ ਦੇ ਵਿੱਚ ਨਸ਼ੇ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਹੁਣ ਨਬਾਲਗਾਂ ਦੇ ਜ਼ਰੀਏ ਵੀ ਨਸ਼ੇ ਦਾ ਨੈਟਵਰਕ ਚਲਾਇਆ ਜਾ ਰਿਹਾ ਹੈ ਅੰਮ੍ਰਿਤਸਰ ਦੀ ਪੁਲਿਸ ਦੇ ਵੱਲੋਂ ਇੱਕ ਵੱਡਾ ਖੁਲਾਸਾ ਕੀਤਾ ਗਿਆ ਹੈ ਕਿ ਇੱਕ ਨਬਾਲਗ ਨੂੰ ਅਸੀਂ ਫੜਿਆ ਹੈ ਪাব ਉਸ ਦੇ ਕੋਲੋਂ ਨਸ਼ਾ ਬਰਾਮਦ ਕੀਤਾ ਗਿਆ ਹੈ ਅੰਮ੍ਰਿਤਸਰ ਦੀ ਇੱਕ ਖਬਰ ਹੈ ਪੁਲਿਸ ਕਹਿੰਦੀ ਹੈ ਕਿ ਖੂਫੀਆ ਜਾਣਕਾਰੀ ਦੇ ਆਧਾਰ ਤੇ ਅੰਮ੍ਰਿਤਸਰ ਦੇ ਵਿੱਚ ਰਾਮ ਤੀਰਥ ਰੋਡ ਤੋਂ ਇੱਕ ਨਾਕੇ ਤੇ ਨਬਾਲਗ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਦੇ ਕੋਲੋਂ 8.5 ਲੱਖ ਰੁਪਏ ਦੀ ਡਰਗ ਮਨੀ ਫੜੀ ਗਈ ਹੈ ਪੈਸਾ ਫੜਿਆ ਗਿਆ ਹੈ ਅਤੇ 15 ਕਿਲੋਗ੍ਰam ਹੈਰੋਇਨ ਵੀ ਬਰਾਮਦ ਕੀਤੀ ਗਈ ਹੈ ਐਨਡੀਪੀਐਸ ਦੀਆਂ ਵੱਖ-ਵੱਖ ਧਰਾਵਾਂ ਦੇ ਤਹਿਤ ਐਫਆਈਆਰ ਦਰਜ ਕਰ ਲਈ ਗਈ ਹੈ ਪੁਲਿਸ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਇਹ ਸਨ ਕੁਝ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਬਹੁਤ ਜ਼ਰੂਰੀ ਸਨ ਇਹਨਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਸਾਡੇ ਸ਼ੋਅ ਪੰਜਾਬੀ ਪ੍ਰਾਈਮ ਟਾਈਮ ਬਾਰੇ ਤੁਹਾਡੀ ਕੋਈ رائے ਜਾਂ ਸੁਝਾਅ ਹੈ ਤਾਂ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹ ਲਗਲੀ ਵਾਰ ਫੇਰ ਆਜ ਰੂਗਾ ਤੁਸੀਂ ਦੇਖਦੇ ਰਹੋ ਉਹਦਾ ਪੰਜਾਬ ਟੀਵੀ ਹਰ ਖਬਰ ਦਾ ਸੱਚ